ਵੈਸੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੀ ਵਾਰੀ ਕਿਵੇਂ ਆਉਣੀ ਆ। ਭੈਣ ਜੀ, ਪਹਿਲਾਂ ਮੈਂ ਤੁਹਾਡੇ ਪਰਿਵਾਰ ਨਾਲ ਲੜੀ ਗਿਆ MLA ਬਣਨ ਖਾਤਰ, ਹੁਣ ਆ ਮੇਰੀ ਧਰਮ ਪਤਨੀ ਮੇਰੀ ਕੁਰਸੀ ਕੋ ਕੇ ਬਹਿ ਗਈ ਆ, ਹੁਣ ਪਤਾ ਨਹੀਂ ਹੁਣ ਇਹਦੇ ਨਾਲ ਕਿੰਨਾ ਚਿਰ ਮੇਰੀ ਵਾਰੀ ਤਾਂ ਆਉਣੀ ਨਹੀਂ ਲੱਗਦਾ, ਇਹ ਪੱਕੇ ਕਬਜ਼ੇ ਹੋ ਗਏ ਆ। ਮਗਰ ਚਲੋ, ਸਾਡੇ ਵਰਗੇ ਸਿੰਘਾਂ ਦਾ ਕੰਮ ਹੈ ਕੰਮ ਜੂਝਣਾ, ਲੜਾਈ ਲੜਨੀ, ਫੈਸਲਾ ਗੁਰੂ ਦੀ ਸੰਗਤ ਨੇ ਕਰਨਾ। ਇਹ ਜਿਹਨੂੰ ਬਣਾ ਦੇਣ ਅਸੀਂ ਤਾਂ ਉਹਦਾ ਸਤਿਕਾਰ ਕਰਦੇ ਹਾਂ, ਲੋਕਤੰਤਰ ਇਹ ਆ। ਮੈਨੂੰ ਪਤਾ ਇਹ ਮੈਂ ਇਹਦੇ ਨਾਲ ਤਾਂ ਅੰਦਰ ਖਾਤੇ ਤਾਂ ਲੜਾਈ ਲੜ ਸਕਦਾ, ਸਟੇਜ 'ਤੇ ਤਾਂ ਇਹੀ ਮੌਕਾ ਮਿਲਦਾ, ਇੱਥੇ ਕਹਿਣ ਜੋਗੀ ਕੁਛ ਨਹੀਂ ਮੈਨੂੰ। ਇਸੇ ਬਹਾਨੇ ਮੈਂ ਵੀ ਜਦੋਂ ਮੌਕਾ ਮਿਲਦਾ ਨਾਲ ਹੀ ਇਕੱਲੀ ਨੱਪ ਦਿੰਦਾ, ਕਿਉਂਕਿ ਅੰਦਰ ਜਾ ਕੇ ਤਾਂ ਫਿਰ ਮਾਫ਼ੀ ਮੰਗਾਂ ਕਿ ਕੋਈ ਨਾ ਗਲਤੀ ਹੋ ਗਈ, ਵੱਧ ਘੱਟ ਬੋਲਿਆ ਗਿਆ, ਤੂੰ ਨਾ ਬਾਲਾ ਦਿਲ ਨੂੰ ਲਾਈ, ਗੁੱਸਾ ਨਾ ਕਰ ਜੀ। ਇਹ ਜ਼ਮਾਨਾ ਹੀ ਇਹੋ ਜਿਹਾ ਜੀ, ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪਤੀ ਪਰਮੇਸ਼ਰ ਹੁੰਦਾ ਸੀ, ਹੁਣ ਤਾਂ ਜਿਹੜਾ ਸਤ ਬਚਨ ਕਰਕੇ ਰਵੇ ਜ਼ਮਾਨਾ ਉਹਦਾ ਹੀ ਹੈ। ਇਸ ਲਈ ਬੜੇ ਧਿਆਨ ਨਾਲ ਚੱਲਣਾ ਪੈਂਦਾ, ਹਰ ਗੱਲ ਦਾ ਧਿਆਨ ਰੱਖਣਾ ਪੈਂਦਾ। ਚਲੋ ਮੈਂ ਇਹ ਗੱਲ ਛੱਡਾਂ, ਆਹ ਵੇਖੋ ਪੱਤਰਕਾਰ ਕਿੰਨੇ ਖੁਸ਼ ਹੋਣ ਡੇ, ਹਾਲ ਭਾਵੇਂ ਇਹਨਾਂ ਦਾ ਮੇਰੇ ਵਰਗਾ ਹੀ ਹੋਵੇ, ਆਹ ਦਿਲਜਿੰਦਰ ਦਾ ਅਤੇ ਉਹਦੇ ਨਾਲ ਦੇ ਸਾਥੀ ਦਾ ਹਾਲ ਤੁਹਾਡਾ ਮੇਰੇ ਤੋਂ ਵੀ ਭਾਵੇਂ ਭੈੜਾ ਹੋਵੇ, ਮਾਰ ਮਾਰ ਤਾੜੀਆਂ ਇਸ ਤਰ੍ਹਾਂ ਤੁਸੀਂ ਸਵਾਦ ਲੈਣ ਦੀ ਰਹੇ ਹੋ ਸਾਰਾ ਦਿਨ। ਮਗਰ ਜਿੱਦਣ ਪਤਾ ਤਾਂ ਸਭ ਨੂੰ ਹੀ ਹੈ ਕਿਹਦਾ ਕਿਹਦਾ ਕੀ ਹਾਲ ਹੈ। ਚਲੋ ਰੱਬ ਸੌਖੀ ਬਖਸ਼ੇ, ਇਹ ਜਿਹੜੀ ਗੱਡੀ ਆ ਨਾ ਇਹ ਰਲ ਮਿਲ ਕੇ ਚੱਲਦੀ ਆ, ਅਤੇ ਬਾਹਲਾ ਅੱਗੇ ਪਿੱਛੇ ਐਕਸਲੇਟਰ ਨੱਪੇ ਨਾਲ ਕਦੇ ਵਾਰੀ ਗੱਡੀ ਪਲਟ ਜਾਂਦੀ ਹੈ ਜਿਵੇਂ ਭਗਵੰਤ ਮਾਨ ਦੀ ਪਲਟ ਗਈ ਸੀ। ਇਸ ਲਈ ਅਸੀਂ ਉਹ ਜਿਹਾ ਪੰਗਾ ਤਾਂ ਲੈਣਾ ਨਹੀਂ, ਅਸੀਂ ਤਾਂ ਬੜੇ ਧਿਆਨ ਨਾਲ ਚੱਲਣ ਵਾਲੇ ਲੋਕ ਹਾਂ ਜੀ। ਇਸ ਲਈ ਚਲੋ ਇਹ ਗੱਲ ਛੱਡੀਏ, ਮੈਂ ਲੰਮਾ ਚੌੜੀ ਕਹਾਣੀ 'ਚ ਨਹੀਂ ਇੱਥੇ ਆਇਆ। ਔਰ ਮੈਂ ਭੈਣ ਜੀ ਨੂੰ ਵਧਾਈ ਦਿੰਦਾ ਕਿ ਅੱਜ ਤਾਂ ਤੁਸੀਂ ਟ੍ਰੇਲਰ ਵੇਖਿਆ, ਅੱਜ 5-6 ਸ਼ਮੂਲੀਅਤ ਹੋਈਆਂ ਨੇ। ਮੈਂ ਭਾਅ ਜੀ ਦਾ ਵੀ ਧੰਨਵਾਦ ਕਰਦਾ, 3AR ਵਾਲੇ ਸਾਡੇ ਸਰਪੰਚ ਸਾਹਿਬ, ਤੁਸੀਂ ਵੀ ਆਓ, ਸਰੋਪਾ ਪਾ ਕੇ ਜਾਓ ਇੱਕ ਵਾਰੀ ਇੱਥੇ। ਮੈਨੂੰ ਲੱਗਦਾ 50-55 ਸਾਲ ਅਸੀਂ ਵੱਖੋ ਵੱਖ ਹੀ ਰਹੇ ਹਾਂ। ਕਿਉਂ ਜੀ, ਸਰਪੰਚ ਸਾਹਿਬ ਦਾ ਆਪਣਾ 3AR ਵਾਲਿਆਂ ਦਾ ਅਰਜਨ ਸਿੰਘ ਹੋਰੀ, ਔਰ ਲੰਮਾ ਸਮਾਂ ਮੈਂ ਜਿਹੜੀ ਗੱਲ ਕਰ ਰਿਹਾ ਤੁਸੀਂ ਵੇਖੋ ਮਾਹੌਲ ਕਿਹੋ ਜਿਹਾ ਬਣ ਰਿਹਾ ਹਲਕੇ 'ਚ। ਆ ਭਾਅ ਜੀ ਹੋਰੀ ਹਮੇਸ਼ਾ ਹੀ ਸਾਡੇ, ਜਿੰਨੀ ਵਾਰੀ ਮੈਂ MLA ਬਣਿਆ ਭਾਅ ਜੀ ਹੋਰੀ ਨਹੀਂ ਸਾਡੇ ਵਾਰੇ ਆਸ ਨਾਲ ਆਏ, ਐਤਕੀ ਇਹਨਾਂ ਨੇ ਵੀ ਕਿਰਪਾ ਕਰਤੀ। ਇਸ ਲਈ ਭਾਵੇਂ ਤੁਹਾਨੂੰ ਸਰੋਪਾ ਪੈ ਗਿਆ, ਮਗਰ ਤੁਹਾਨੂੰ ਵਾਰ ਵਾਰ ਪਾਏ ਦਾ ਸਵਾਦ ਬੜਾ ਆਉਂਦਾ, ਇਸ ਲਈ ਬੋਲੇ ਸੋਨਿਆ ਉਹਨੂੰ ਵੇਖੋ। ਬਹੁਤ ਬਹੁਤ ਇਹਨਾਂ ਦਾ ਧੰਨਵਾਦ, ਬੜੀ ਖੁਸ਼ੀ ਦੀ ਗੱਲ ਹੈ। ਔਰ ਤੂੰ ਵੀ ਖੁਸ਼ ਰਿਹਾ ਕਰ ਕਾਲੂ, ਤੂੰ ਵੀ ਹੱਥ ਕੇ ਵਿਖਾ, ਇਹ ਖੁਸ਼ ਚਾਹੀਦਾ। ਇਹਨਾਂ ਦਾ ਯਾਰ ਜੋਸ਼ੀ ਖਲੋਤਾ ਤਾਂ ਖੁਸ਼ ਆ, ਨਹੀਂ ਤਾਂ ਇਹਨੇ ਮੇਰੇ ਨਾਲ ਹੁਣੇ ਪੰਗਾ ਪਾ ਲੈਣਾ ਸੀ ਕੋਈ ਨਾ ਕੋਈ ਨਹੀਂ। ਮਗਰ ਵੱਡੀ ਗੱਲ ਆ ਮੇਰਾ ਵੀਰ, ਸਾਰਿਆਂ ਨੇ ਦਿਲ ਵੱਡਾ ਕਰਕੇ, ਕਿਉਂਕਿ ਅੱਜ ਲੜਾਈ ਸਾਡੀ ਨਹੀਂ, ਅੱਜ ਲੜਾਈ ਪੰਜਾਬ ਦੀ ਬਿਹਤਰੀ ਲਈ ਆ। ਔਰ ਪੰਜਾਬ ਦੀ ਬਿਹਤਰੀ ਲਈ ਜੇ ਲੜਾਈ ਲੜਨੀ ਹੈ, ਸਾਰੀ ਪੰਚਾਇਤ ਸ਼ਾਮਿਲ ਹੋਈ ਹੈ। ਔਰ ਮੈਂ ਸਮਝਦਾ ਕਿ ਤੁਸੀਂ ਆਉਣ ਵਾਲੇ ਦਿਨ ਨਜ਼ਾਰਾ ਵੇਖਿਓ, ਹੌਲੀ 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 ਐਡੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਣੀ ਹੈ। ਕਿਉਂਕਿ ਜਿਵੇਂ ਤੁਸੀਂ ਮੇਰੇ ਨਾਲ ਪੱਕੇ ਸੀ, ਤੁਸੀਂ ਮੈਨੂੰ ਜਿਤਾਉਂਦੇ ਸੋ, ਉਤਰਾ ਕਈ ਲੋਕ ਸਰਦਾਰ ਸੁਖਜਿੰਦਰ ਸਿੰਘ ਜੀ ਲਾਲੀ ਸਾਹਿਬ ਦਾ ਵੀ ਸਤਿਕਾਰ ਕਰਦੇ ਸੀ, ਔਰ ਉਹਨਾਂ ਦੀ ਫੌਜ ਦੇ ਉਹ ਵੱਡੇ ਮੈਂਬਰ ਸੀ। ਔਰ ਮੈਂ ਤਾਂ ਉਸ ਦਿਨ ਵੀ ਇਹ ਗੱਲ ਕੀਤੀ ਲਾਲੀ ਸਾਹਿਬ ਨਾਲ, ਮੈਂ ਕਿਹਾ ਲਾਲੀ ਸਾਹਿਬ ਸਾਨੂੰ ਹੋਰ ਕਿਸੇ ਦਾ ਐਡਾ ਫਿਕਰ ਨਹੀਂ, ਤੁਹਾਡੇ ਭਰਾ ਦੀ ਚਲੋ ਰੱਬ ਉਹਨਾਂ ਨੂੰ ਵੀ ਸਮਤ ਬਖਸ਼ੇ, ਖੁਸ਼ੀਆਂ ਦੇਵੇ, ਮਗਰ ਤੁਹਾਡੇ ਛੋਟੇ ਭਾਈ ਸਾਹਿਬ ਦੀ ਪਛਾਣ ਇਹ ਹੈ
ਕਿ ਉਹ ਤੁਹਾਡਾ ਛੋਟਾ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਦਾ ਛੋਟਾ ਭਰਾ ਨੇ, ਉਹਨੂੰ ਟਿਕਟ ਵੀ ਇਸ ਲਈ ਮਿਲੀ ਕਿਉਂਕਿ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਨੂੰ ਆਮ ਆਦਮੀ ਪਾਰਟੀ ਦਾ ਮੁਖੀ ਕੇਜਰੀਵਾਲ ਸਾਹਿਬ ਘਰੋਂ ਲੈ ਕੇ ਗਿਆ ਔਰ ਘਰੋਂ ਲੈ ਕੇ ਉਹਨਾਂ ਨੂੰ ਟਿਕਟ ਵੀ ਦਿੱਤੀ ਅਤੇ ਮੈਂ ਉਹ ਵੀਡੀਓ ਵੀ ਸਾਂਝੀ ਕੀਤੀ ਜਿਸ ਦਿਨ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ 45 ਸਾਲ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਔਰ ਕਾਂਗਰਸ ਪਾਰਟੀ ਨੂੰ ਛੱਡ ਕੇ ਜਿਸ ਦਿਨ ਲਾਲੀ ਸਾਹਿਬ ਆਮ ਆਦਮੀ ਪਾਰਟੀ 'ਚ ਗਏ ਅਸੀਂ ਸਾਰਿਆਂ ਨੇ ਭਗਵੰਤ ਮਾਨ ਦਾ ਭਾਸ਼ਣ ਵੀ ਸੁਣਿਆ ਔਰ ਉਸ ਦਿਨ ਇੱਕ ਲਾਲੀ ਸਾਹਿਬ ਗਏ ਸੀ, ਇੱਕ ਜਿਹੜੇ ਕੈਬਨਿਟ ਦੇ ਵਜ਼ੀਰ ਨੇ ਡਾਕਟਰ ਬਲਜੀਤ ਕੌਰ ਜਿਹੜੇ ਹੁਣ ਵੀ ਕੈਬਨਿਟ 'ਚ ਨੇ ਉਹ ਗਏ ਸੀ। ਕਹਿਣ ਦਾ ਭਾਵ ਕਿ ਪਾਰਟੀਆਂ ਸਰਦਾਰ ਲਾਲੀ ਜੀ ਦਾ ਸਤਿਕਾਰ ਕਰਦੀਆਂ ਸਨ ਔਰ ਇਹੀ ਕਾਰਨ ਹੈ ਕਿ ਅੱਜ ਵੀ ਸਤਿਕਾਰ ਨਾਲ ਅਸੀਂ ਤੁਸੀਂ ਪਾਰਟੀ 'ਚ ਸ਼ਾਮਿਲ ਆਏ ਹੋਏ ਹੋ। ਮੈਂ ਅਤੇ ਜੋਸ਼ੀ ਸਾਹਿਬ ਨੇ ਤੁਹਾਨੂੰ ਉਹ ਦਿਨ ਸ਼ਾਮਿਲ ਵੀ ਕੀਤਾ, ਤੁਹਾਨੂੰ ਜੀ ਆਇਆਂ ਵੀ ਕਿਹਾ, ਤੁਹਾਡਾ ਧੰਨਵਾਦ ਵੀ ਕੀਤਾ ਔਰ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਕਿ ਤੁਹਾਡੇ ਪਰਿਵਾਰ ਦੇ ਜੀ ਤੁਹਾਡਾ ਨਾਂ ਵਰਤ ਕੇ ਅੱਜ ਜਿਸ ਰੁਤਬੇ 'ਤੇ ਪਹੁੰਚੇ ਆ ਉਹ ਤੁਹਾਡੇ ਨਾਲ ਧੋਖਾ ਜਾਂ ਬੇਵਫਾਈ ਕਰਕੇ, ਮਗਰ ਰੱਬ ਸਾਨੂੰ ਸਮਤ ਬਖਸ਼ੇ, ਹਿੰਮਤ ਬਖਸ਼ੇ, ਅਸੀਂ ਇਹ ਜੀ ਗੁਸਤਾਖੀ ਨਹੀਂ ਕਰਾਂਗੇ, ਤੁਹਾਨੂੰ ਅੱਗੇ ਲਾ ਕੇ ਨਾਲ ਲੈ ਕੇ ਚੱਲਾਂਗੇ ਔਰ ਜਿੱਥੇ ਤੁਹਾਡਾ ਮਾਣ ਹੋਊ ਉਹ ਤੁਹਾਡੇ ਸਾਥੀਆਂ ਦਾ ਮਾਣ ਹੋਊ ਉੱਥੇ ਸਾਡਾ ਹੋਊ। ਔਰ ਉਸ ਦਿਨ ਵੀ ਮੇਰੇ ਵੀਰੋ ਮੈਂ ਦੋਵੇਂ ਹੱਥ ਜੋੜ ਕੇ, ਕਿਉਂਕਿ ਦੇਖੋ 25 ਸਾਲ ਦੀ ਲੜਾਈ ਸੀ, ਲੜਾਈ 'ਚ ਇਹ ਬੜਾ ਜ਼ਰੂਰੀ ਹੈ, ਮੈਂ ਤਾਂ ਆਪਦੇ ਬੰਦਿਆਂ ਦੀ ਵਕਾਲਤ ਕਰਨੀ ਹੈ, ਮੈਨੂੰ ਤਨਖਾਹ ਇਹ ਦਿੰਦੇ ਆ, ਮੈਂ ਇਹਨਾਂ ਦਾ ਨੌਕਰ ਹਾਂ, ਇਹਨਾਂ ਦਾ ਝਾੜੂ ਬਰਦਾਰ ਹਾਂ, ਅਤੇ ਜਦੋਂ ਦੋ ਵਕੀਲ ਕਚਹਿਰੀ 'ਚ ਭਿੜਦੇ ਆ ਤਾਂ ਮੈਂ ਤਾਂ ਆਪਦੇ ਜਿਹੜੇ ਕਲਾਇੰਟ ਕਹਿ ਲਓ, ਆਪਦੇ ਜਿਨ੍ਹਾਂ ਨੇ ਮੈਨੂੰ ਆਪਦੀ ਜ਼ਿੰਮੇਵਾਰੀ ਦਿੱਤੀ ਆ, ਮੈਂ ਤਾਂ ਉਹਨਾਂ ਦਾ ਕੇਸ ਹੀ ਲੜਨਾ ਸੀ। ਔਰ ਉਹ ਕੇਸ ਲੜਦਿਆਂ ਲੜਦਿਆਂ ਕਈ ਵਾਰੀ ਸਾਡੀ ਆਪਸ 'ਚ ਬੜੀ ਤਲਖੀ ਅਤੇ ਦੂਰੀ ਹੋ ਗਈ, ਮਗਰ ਅੱਜ ਮੈਂ ਦੋਵੇਂ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਖਲੋ ਕੇ ਜਿੱਥੇ ਤੁਹਾਡੇ ਤੋਂ ਮੈਂ ਮਾਫ਼ੀ ਮੰਗੀ, ਅੱਜ ਮੈਂ ਦੂਜੀ ਵਾਰੀ ਤੁਹਾਡੇ ਸਾਰੇ ਵਰਕਰ ਸਾਹਿਬਾਨਾਂ ਕੋਲੋਂ ਅਸੀਂ ਸਾਰੇ ਰਲ ਮਿਲ ਕੇ ਮਾਫ਼ੀ ਮੰਗਦੇ ਹਾਂ ਕਿ ਜੇ ਸਾਡੇ ਤੋਂ ਕੋਈ ਜ਼ਿੰਮੇਵਾਰੀ ਨਿਭਾਉਂਦਿਆਂ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ, ਕੋਈ ਵੱਧ ਘੱਟ ਰਹਿ ਹੋ ਗਿਆ ਹੋਵੇ, ਤਾਂ ਮੈਂ ਜ਼ਰੂਰ ਇਹ ਮਹਿਸੂਸ ਕਰਦਾ ਕਿ ਸੰਗਤ ਬਖਸ਼ਣ ਯੋਗ ਹੈ, ਸੰਗਤ ਗੁਰੂ ਦੀ ਰੂਪ ਹੈ, ਤੁਸੀਂ ਜ਼ਰੂਰ ਸਾਨੂੰ ਮਾਫ਼ ਕਰੋਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਭੈਣ ਜੀ। ਸਤਿਸੰਗਤ ਜੀ, ਹਲਕੇ ਦੀ ਮੈਂ ਕੀ ਗੱਲ ਕਰਾਂ, ਅੱਜ ਉਹ ਸਾਢੇ 7 ਸਾਲਾਂ 'ਚ ਜੋ ਹਾਲਾਤ ਦੋਵੇਂ ਸਰਕਾਰਾਂ ਨੇ ਬਣਾਏ ਆ ਉਹ ਤੁਸੀਂ ਬੇਖੂਬੀ ਜਾਣਦੇ ਹੋ ਔਰ ਮੈਂ ਉਹਨਾਂ ਗੱਲਾਂ ਨੂੰ ਬਾਰ ਬਾਰ ਨਹੀਂ ਦੁਹਰਾਉਣਾ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਮਗਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰੂੰਗਾ, ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਜਿਹੜੀ ਇਹ ਧਰਤੀ ਆ ਇਹ ਧਰਤੀ ਕਿੱਥੇ ਬੇਈਮਾਨਾਂ ਨੂੰ, ਮੌਕਾ ਪ੍ਰਸਤਾਂ ਨੂੰ, ਸਰਕਾਰ ਦੇ ਅੱਗੇ ਗੋਡੇ ਟੇਕਣ ਵਾਲਿਆਂ ਨੂੰ ਇਹ ਧਰਤੀ ਕਿੱਥੇ ਵੇਲ ਦੇ ਦੂੰ, ਮਾਫ਼ ਕਰ ਦੂੰ। ਨਹੀਂ ਸੰਗਤ ਜੀ, ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹ ਧਰਤੀ ਯੋਧਿਆਂ ਜਰਾਵਰਾਂ ਦੀ ਧਰਤੀ ਹੈ, ਇਹ ਧਰਤੀ ਬਹਾਦਰ ਸੂਰਵੀਰਾਂ ਦੀ ਧਰਤੀ ਹੈ, ਇਹ ਧਰਤੀ ਜੋ ਲੋਕ ਵਫਾਦਾਰੀ ਨਾਲ ਇਸ ਮਿੱਟੀ ਦੇ ਨਾਲ ਪਿਆਰ ਕਰਦੇ ਆ, ਸਾਡੇ ਗੁਰੂ ਨੇ ਵੀ
ਉਹਨਾਂ ਨੂੰ ਮਾਣ ਦਿੱਤਾ, ਸਨਮਾਨ ਦਿੱਤਾ ਤੇ ਹਿੱਕ ਨਾ ਲਾਇਆ। ਤੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ, ਜੇ ਤੁਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਮੈਨੂੰ ਪਤਾ ਸਤਿਕਾਰ ਕਰਦੇ ਹੋ, ਫਿਰ ਤੁਸੀਂ ਇਸ ਗੱਲ ਨੂੰ ਵੀ ਸਮਝੋਗੇ ਕਿ ਜਿਹੜਾ ਬੰਦਾ ਆਪਦੇ ਸਟੈਂਡ 'ਤੇ ਪੱਕਾ, ਮਾਝੇ ਦੀ ਧਰਤੀ ਉਹਦਾ ਸਤਿਕਾਰ ਕਰਦੀ ਹੈ। ਮੈਨੂੰ ਇਹ ਗੱਲ ਦਾ ਪਤਾ ਹੈ ਕਿਉਂਕਿ ਹੁਣ ਮੈਂ ਜਦ ਪਿੰਡਾਂ 'ਚ ਜਾ ਰਿਹਾ ਸਾਂ, ਕਈਆਂ ਨੇ ਮੇਰੇ ਨਾਲ ਇਸ ਗੱਲ ਦਾ ਗਿਲਾ ਵੀ ਕੀਤਾ, ਔਰ ਮੈਂ ਉਸ ਗੱਲ ਦੀ ਵੀ ਮਾਫ਼ੀ ਮੰਗਦਾ ਕਿ ਤੁਸੀਂ ਇਹ ਕਿਹਾ ਕਿ ਸਾਡਾ ਸੰਪਰਕ ਥੋੜ੍ਹੇ ਸਮੇਂ 'ਚ 2 ਸਾਲ ਨਹੀਂ ਬਣਿਆ ਰਿਹਾ। ਸਾਧ ਸੰਗਤ ਜੀ 6 ਮਹੀਨੇ ਤਾਂ ਮੈਨੂੰ ਅੰਦਰ ਦੇ ਤਾ, ਉਹਨੂੰ ਉੱਥੋਂ ਕਿਹੜਾ ਸੰਪਰਕ ਸਾਧਣਾ ਸੀ ਮੈਂ ਤੁਹਾਡੇ ਕੋਲੋਂ? ਉੱਥੇ ਤਾਂ ਅੱਗੇ ਮੇਰੀ ਸਵੇਰੇ ਦੁਪਹਿਰ ਸ਼ਾਮ ਨੂੰ ਚੈਕਿੰਗ ਹੁੰਦੀ ਸੀ ਕਿ ਕਿਤੇ ਗੱਲ ਤਾਂ ਨਹੀਂ ਕਰਦਾ ਕਿਸੇ ਨਾਲ, ਕਿਸੇ ਨੂੰ ਬੁਲਾਉਂਦਾ ਤਾਂ ਨਹੀਂ। 3-3 ਤਾਂ ਸੁਪਰਿਟੈਂਡੈਂਟ ਜੇਲ੍ਹ ਦੇ ਬਦਲੇ, 3-3 ADGP ਬਦਲੇ ਕਿ ਮਜੀਠੀਆ ਕਿਸੇ ਨਾਲ ਗੱਲ ਨਾ ਕਰ ਸਕੇ। ਔਰ ਆ ਮੇਰੀ ਧਰਮ ਪਤਨੀ ਬੈਠੀ ਆ ਇੱਥੇ, ਇਹਨੂੰ ਪੁੱਛਿਓ ਜੇ 6 ਮਹੀਨੇ ਮੈਂ ਕਿਤੇ ਇਹਦੇ ਨਾਲ ਵੀ ਗੱਲ ਕੀਤੀ ਹੋਵੇ। ਸਾਡੀ ਗੱਲ ਨਹੀਂ ਹੋਈ, ਔਰ ਮੈਂ ਇਹਨੂੰ ਆਰਡਰ ਕੀਤੇ ਸੀ, ਬੇਨਤੀ ਕੀਤੀ ਸੀ ਕਿ ਕਦੇ ਵੀ ਜੇਲ੍ਹ 'ਚ ਤੂੰ ਮੈਨੂੰ ਮਿਲਣ ਨਹੀਂ ਆਉਣਾ, ਨਾ ਮੇਰੇ ਨਿਆਣਿਆਂ ਨੂੰ ਉੱਥੇ ਲੈ ਕੇ ਆਉਣਾ। ਔਰ ਜੇ ਮੈਂ 6 ਮਹੀਨੇ ਆਪਦੇ ਨਿਆਣਿਆਂ ਦਾ ਨਾਲ ਗੱਲ ਨਹੀਂ ਕਰ ਸਕਿਆ, ਅਤੇ ਸਾਧ ਸੰਗਤ ਜੀ ਮੈਂ ਕਿਸੇ ਹੋਰ ਨਾਲ ਕਿੱਥੋਂ ਸੰਪਰਕ ਸਾਰ ਬਣਾਉਣਾ ਸੀ? ਔਰ ਇਕੱਲੀ ਇਹ ਨਹੀਂ, ਉਸ ਤੋਂ ਬਾਅਦ ਜਦ ਬਾਹਰ ਆਏ, ਮੈਂ ਮਾੜਾ ਜਿਹਾ ਜਿਸ ਦਿਨ ਆ ਜੁਗਨੂੰ ਦੇ ਖਿਲਾਫ਼ ਕੋਈ ਸ਼ਬਦ ਬੋਲ ਦਿੰਦਾ, ਚਲੋ ਜੁਗਨੂੰ ਮੈਂ ਤਾਂ ਕਿਉਂ ਕਹਿਣਾ, ਜੁਗਨੂੰ ਉਹਨੂੰ ਪਿਆਰ ਨਾਲ ਉਹਦੀ ਘਰ ਦੀ ਬੁਲਾਵੇ, ਜੁਗਨੂੰ 100 ਵਾਰੀ ਬੁਲਾਵੇ, ਮੈਂ ਤਾਂ ਭਗਵੰਤੀ ਕਹੂੰਗਾ। ਭਗਵੰਤ ਨੂੰ ਮਾੜਾ ਜਿਹਾ ਵੀ ਮੈਂ ਬੋਲ ਪਵਾਂ ਉਹਦੇ ਖਿਲਾਫ਼, ਸਵੇਰੀ ਪੁਲਿਸ ਵਾਲਿਆਂ ਨੂੰ ਫੋਨ ਕਰ ਦਿੰਦਾ DGP ਨੂੰ ਕਿ ਇਹਨੂੰ ਸੱਦ ਲਓ। ਮੈਨੂੰ ਸੱਦ ਲੈਂਦੇ ਆ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਬਿਠਾ ਕੇ ਰੱਖਦੇ ਆ, ਅਤੇ ਅੰਦਰ ਸਵਾਲ ਸਹੂਲਤਾਂ ਜਿੰਨੇ ਕੁ ਹੁੰਦੇ ਆ ਉਨੇ ਕੀ ਹੁੰਦੇ ਆ। ਬਸ ਮੈਨੂੰ ਇਹ ਕਹਿੰਦੇ ਆ ਯਾਰ ਬਾਹਰ ਜਾ ਕੇ ਨਾ ਕੋਸ਼ਿਸ਼ ਕਰੀ ਉਹਦੇ ਖਿਲਾਫ਼ ਬੋਲੀ ਕੁਛ ਨਾ, ਮੈਂ ਉਹਨੂੰ ਚੁੱਪ ਕਰਾ ਲਓ, ਉਹਨੂੰ ਚੁੱਪ ਕਰਾ ਲਓ ਤਾਂ ਮੈਂ ਵੀ ਚੁੱਪ ਕਰ ਜੂੰ, ਮਗਰ ਮੈਂ ਉਹਨਾਂ 'ਚੋਂ ਨਹੀਂ। ਜੇ ਮਜੀਠੀਏ ਨੂੰ ਚੈਲੰਜ ਕਰੂਗਾ ਜਾਂ ਲੋਕਾਂ ਦੇ ਨਾਲ ਤਸ਼ੱਦਦ ਕਰੂਗਾ, ਧੋਖਾ ਕਰੂਗਾ, ਤਾਂ ਮਜੀਠੀਏ ਨੇ ਚੁੱਪ ਨਹੀਂ ਕਰਨਾ, ਕਿਉਂਕਿ ਮਜੀਠੀਏ ਇਹਨਾਂ ਦੀ ਬਦੌਲਤ ਤੁਰਿਆ ਫਿਰਦਾ। ਮੇਰੀ ਜ਼ਿੰਮੇਵਾਰੀ ਹੈ ਕਿ ਅੱਜ ਓਪੋਜੀਸ਼ਨ ਲੀਡਰ ਜੋ ਸਰਕਾਰ ਨੇ ਵਾਅਦੇ ਕੀਤੇ ਆ, ਜੇ ਭਾਈ ਸਾਹਿਬ ਅਸੀਂ ਨਹੀਂ ਚੁੱਕਾਂਗੇ ਤਾਂ ਹੋਰ ਚੁੱਕਣੇ ਕਿੰਨੇ ਆ? ਅੱਜ ਪੰਜਾਬ ਦੇ ਕਿੰਨੇ ਲੀਡਰ ਨੇ ਜਿਹੜੇ ਸਰਕਾਰ ਨਾਲ ਟਕਰਾ ਕੇ ਰਾਜ਼ੀ ਨੇ? 2-3 ਲੀਡਰ ਤੋਂ ਸਿਵਾਏ ਸਾਰਿਆਂ ਨੇ ਮੜ ਕੇ ਇਹਦੇ ਨਾਲ ਫਿਕਸਡ ਮੈਚ ਖੇਡਿਆ ਹੋਇਆ, ਸਮਝੌਤਾ ਕੀਤਾ ਹੋਇਆ, ਤਗੜੇ ਹੋ ਕੇ ਕੋਈ ਮੁੱਦਾ ਉਠਾਉਂਦੇ ਆ। ਅੱਜ ਪੰਜਾਬ ਦੇ ਕੋਨੇ ਕੋਨੇ 'ਚੋਂ ਸਾਧ ਸੰਗਤ ਜੀ ਤੁਹਾਡੀ ਐਡੀ ਕਿਰਪਾ ਹੈ ਕਿ ਪੰਜਾਬ ਦੇ ਕੋਨੇ ਕੋਨੇ 'ਚ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਅਤੇ ਬੜੇ ਮਾਣ ਨਾਲ ਦਾਸ ਕੋਲ ਆਉਂਦਾ, ਕਿਉਂਕਿ ਉਹਨੂੰ ਪਤਾ ਕਿ ਇਹਨੇ ਨਾ ਸਰਕਾਰ ਅੱਗੇ ਝੁਕਣਾ ਨਾ ਲਿਫਣਾ, ਇਹਨੇ ਸੱਚ ਦਾ ਬਾਂਹ ਫੜਨੀ ਹੈ। ਔਰ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਜਿਹਨੂੰ ਤੁਸੀਂ ਇੰਨੀ ਵਾਰੀ MLA ਬਣਾਇਆ, ਉਹਨੇ ਕਦੇ ਆਪਦੀ ਜ਼ਿੰਮੇਵਾਰੀ ਨਿਭਾਉਣ ਤੋਂ ਕੁਤਾਹੀ ਨਹੀਂ ਕੀਤੀ, ਹਿੱਕ ਦੇ ਠੋਕ ਕੇ ਤੁਹਾਡੇ ਜ਼ੋਰ 'ਤੇ ਜਾ ਕੇ ਸਰਕਾਰਾਂ ਨੂੰ ਮੈਂ ਸਵਾਲ ਕਰਦਾ ਰਿਹਾ। ਸਾਧ ਸੰਗਤ ਜੀ ਆ ਭਾਵੇਂ ਪਰਿਵਾਰਕ ਮਸਲਾ, ਮੈਂ ਪਹਿਲਾਂ ਨਾ ਕਰਤੀ ਕਿ ਨਹੀਂ ਮੈਂ ਬੇਟੀ ਦੀ ਗੱਲ ਨਹੀਂ ਕਰਨੀ, ਮਗਰ ਉਸ ਬੇਟੀ ਨੇ ਸੀਰਤ ਕੌਰ ਨੇ ਬੀਬਾ ਜੀ ਭੈਣ ਜੀ ਤੁਹਾਨੂੰ ਨਹੀਂ ਪਤਾ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਆਵਾਜ਼ ਚੁੱਕ। ਮੈਂ ਉਹਨੂੰ ਇਹ ਗੱਲ ਕਹੀ, ਮੈਂ ਇਹ ਤੁਹਾਡਾ ਪਰਿਵਾਰ ਦਾ ਮਾਮਲਾ, ਮੈਂ ਇਹ ਗੱਲ ਨਹੀਂ ਕਰਨੀ।
ਮੈਨੂੰ ਉਹਨੇ ਇਹ ਗੱਲ ਕਹੀ ਕਿ ਤੁਸੀਂ ਭਾਅ ਜੀ ਸਾਡੀ ਮੈਨੂੰ ਅੰਕਲ ਕਿਹਾ ਕਿ ਅੰਕਲ ਪਲੀਜ਼ ਮੇਰੀ ਗੱਲ ਨੂੰ ਕੰਸਿਡਰ ਕਰਿਓ, ਸਾਨੂੰ ਇਕੱਲੀ ਤੁਹਾਡੇ ਤੋਂ ਆਸ ਹੈ, ਹੋਰ ਕੋਈ ਲੀਡਰ ਅੱਜ ਭਗਵੰਤ ਅੱਗੇ ਬੋਲ ਕੇ ਰਾਜ਼ੀ ਕੋਈ ਨਹੀਂ। ਮੈਂ ਫੇਰ ਨਾ ਕਰਤੀ, ਮੈਨੂੰ 4 ਦਿਨ ਬਾਅਦ ਫੇਰ ਫੋਨ ਆਇਆ, ਕਹਿੰਦੇ ਜੇ ਕਿਸੇ ਪੰਜਾਬ ਦੀ ਧੀ ਨਾਲ ਬੇਟੀ ਨਾਲ ਬੇਇਨਸਾਫੀ ਹੋ ਰਹੀ ਹੋਵੇ ਤੁਹਾਡਾ ਫਰਜ਼ ਕੀ ਬਣਦਾ? ਗੁਰਸਿੱਖ ਵਜੋਂ ਤੁਹਾਡਾ ਫਰਜ਼ ਬਣਦਾ ਆਵਾਜ਼ ਉਠਾਉਣੀ ਕਿ ਤੁਹਾਡਾ ਫਰਜ਼ ਬਣਦਾ ਸਰਕਾਰ ਅੱਗੇ ਡਰ ਕੇ ਬਹਿ ਜਾਣਾ? ਮੈਂ ਇਮਾਨਦਾਰੀ ਨਾਲ ਆਪਦੇ ਰੱਬ ਦੇ ਚਰਨਾਂ 'ਚ ਅਰਦਾਸ ਕੀਤੀ, ਮੈਂ ਸੱਚੇ ਪਾਤਸ਼ਾਹ ਸਹੀ ਕੰਮ ਕਰਾਇਓ। ਸੱਚ ਦਾ ਕੰਮ ਇਹ ਹੈ